ਔਖੀ ਜੀ ਕਾਨੂੰਨੀ ਐ ਦਿਲ ਨਹੀਂ ਦੇਣਾ ਤਾਂ ਨਾ ਕਰਦੇ ਔਖੀ ਜੀ ਕਾਨੂੰਨੀ ਐ ਦਿਲ ਨਹੀਂ ਦੇਣਾ ਤਾਂ ਨਾ ਕਰਦੇ ਤੇਰਾ ਸਾਡੇ ਬਿਨ ਜੇ ਤੇਰਾ ਸਾਡੇ ਬਿਨ ਜੇ ਸਰ ਸਕਦਾ ਅਸੀਂ ਤੇਰੇ ਬਿਨ ਵੀ ਨਹੀਂ ਮਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਮਾਨ ਬੇਦਲ ਸੋ ਅੱਜ ਆਪਾਂ ਕਰਨੀਆਂ ਨੇ ਬਹੁਤ ਸਾਰੀਆਂ ਗੱਲਾਂ ਮੈਂ ਆਪਣੇ ਗਾਣੇ ਤੁਹਾਨੂੰ ਲਾਈਵ ਸੁਣਾਊਂਗਾ ਅਨਪਲੱਗਡ ਨਾਲੇ ਮੈਂ ਤੁਹਾਨੂੰ ਸੁਣਾਊਂਗਾ ਆਪਣੇ ਗਾਣੇ ਦੇ ਕਿੱਸੇ ਕੋਈ ਸ਼ੂਟ 'ਤੇ ਕੀ ਹੋਇਆ ਗਾਣਾ ਕਿੱਦਾਂ ਬਣਿਆ ਨਾਲੇ ਕੁਛ ਗਾਣੇ ਜਿਹੜੇ ਮੈਨੂੰ ਪਸੰਦ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ ਸੋ ਆਪਾਂ ਚੱਲਦੇ ਹਾਂ ਸਟਾਰ ਬਾਏ ਕੋਲ ਜੋ ਹਾਰਮੋਨੀਅਮ 'ਤੇ ਆਪਣੀ ਵੇਟ ਕਰ ਰਿਹਾ ਸੋ ਆ ਜਾਓ ਸੁਣਦੇ ਹਾਂ ਗਾਣੇ ਉਹ ਕੁੜੀ ਲੱਗਦੀ ਹੈ ਚੰਗੇ ਪਰਿਵਾਰ ਦੀ ਤਾਂ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਕੁੜੀ ਲੱਗਦੀ ਹੈ ਚੰਗੇ ਪਰਿਵਾਰ ਦੀ ਤਾਂ ਕਦਰ ਕਰਾਂ ਮੈਂ ਉਹਦੇ ਪਿਆਰ ਦੀ ਉੱਚੇ ਰੱਖਦੀ ਖਿਆਲ ਨਖਰਾ ਚੁੰਨੀ ਮੈਲੀ ਉਹ ਕਰਾ ਨੀ ਸਕਦੀ ਕਹਿੰਦੀ ਗੁਰੂ ਖਰੇ ਨਾ ਵਲਣਿਆ ਕੋਟ ਮੈਰਿਜ ਕਰਾ ਨੀ ਸਕਦੀ ਕਹਿੰਦੀ ਗੁਰੂ ਖਰੇ ਨਾ ਵਲਣਿਆ ਕੋਟ ਮੈਰਿਜ ਕਰਾ ਨੀ ਸਕਦੀ ਅੱਛਾ ਇੱਕ ਇੱਕ ਅੰਤਰਾ ਅਸੀਂ ਇਹਦੇ 'ਚ ਪਾਇਆ ਨਹੀਂ ਸੀਗਾ ਉਹ ਸਪੈਸ਼ਲ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਅੱਜ ਅਤੇ ਉਹ ਉਸ ਜਦੋਂ ਗਾਣਾ ਅਸੀਂ ਰਿਕਾਰਡ ਕਰਦੇ ਪਏ ਸੀ ਉਸ ਟਾਈਮ ਉਹ ਚੇਂਜ ਕਰਤਾ ਸੀਗਾ ਅਤੇ ਐਂਡ ਵਾਲਾ ਨਾਮ ਹੋਰ ਪਾਤਾ ਸੀਗਾ ਜਿਹੜਾ ਤੁਸੀਂ ਸੁਣਿਆ ਹੋਊਗਾ ਪਰ ਇਹ ਅੰਤਰਾ ਤੁਸੀਂ ਨਹੀਂ ਸੁਣਿਆ ਉਹ ਸੁਣਾਉਣਾ ਮੈਂ ਤੁਹਾਨੂੰ ਧਿਆਨ ਨਾਲ ਸੁਣੋ ਉਹ ਨਿੱਤ ਛਪਦੇ ਨੇ ਅਖਬਾਰ ਵੇ ਜੱਗੀ ਫਾਹੇ ਲੈ ਕੇ ਕਿੰਨੇ ਮਰ ਗਏ ਮੈਂ ਜਦੋਂ ਪੱਟੀ ਜੋ ਸੰਘੇੜੇ ਵਾਲਿਆ ਹਜੇ ਸਾਡੇ ਵਾਲੇ ਏਦਾਂ ਕਰ ਗਏ ਮੈਂ ਜਦੋਂ ਪੱਟੀ ਜੋ ਸੰਘੇੜੇ ਵਾਲਿਆ ਹਜੇ ਸਾਡੇ ਵਾਲੇ ਏਦਾਂ ਕਰ ਗਏ ਮੈਂ ਮਰ ਜੂਗੀ ਖਾ ਕੇ ਗੋਲੀਆਂ ਮੰਮੀ ਡੈਡੀ ਨੂੰ ਡਰਾ ਨੀ ਸਕਦੀ ਕਹਿੰਦੀ ਗੁਰੂ ਖਰੇ ਨਾ ਵਲਣਿਆ ਕੋਟ ਮੈਰਿਜ ਕਰਾ ਨੀ ਸਕਦੀ ਕਹਿੰਦੀ ਗੁਰੂ ਖਰੇ ਨਾ ਵਲਣਿਆ ਕੋਟ ਮੈਰਿਜ ਕਰਾ ਨੀ ਸਕਦੀ ਭਾਜੀ ਔਰ ਫਾਈਨਲ ਆਡੀਓ ਕਰਵਾ ਦਿਓ ਸੀ ਸੀ ਦੱਸ ਦਿਓ ਕਿਹੜੀ ਫਾਈਨਲ ਕਰਨੀ ਹੈ ਦੇ ਦਿਓ ਆਡੀਓ ਫਾਈਨਲ ਕਿੱਥੇ ਲਵਾਉਣਾ ਮੈਂ ਭਾਜੀ ਹੁਣ ਮੈਨੂੰ ਦੱਸੋ ਤੁਸੀਂ ਮੈਨੂੰ ਕਹੋਗੇ 4 ਦਿਨ 'ਚ ਮਿਕਸ ਕਰਾ ਕੇ ਦੇ ਮੈਂ ਕਿੱਥੋਂ ਕਰਾ ਦੂੰਗਾ ਭਾਜੀ ਮਿਕਸਿੰਗ ਵਾਲਾ ਕਿੱਥੋਂ ਦੇਊਗਾ ਸੋ ਇੱਕ ਮੇਰਾ ਗਾਣਾ ਆਇਆ ਸੀ ਰੋਂਦਾ ਰੋਂਦਾ ਉਹਨੂੰ ਲਿਖਿਆ ਵੀ ਦਵੀਰ ਨੇ ਸੀਗਾ ਅਤੇ ਮਿਊਜ਼ਿਕ ਵੈਸਟਨ ਪਿੰਡ ਦਾ ਸੀਗਾ ਇੱਕ ਦਿਨ ਮੈਨੂੰ ਕਾਲ ਆਈ ਮੇਰੀ ਟੀਮ 'ਚੋਂ ਕਹਿੰਦੇ ਤੇਰੇ ਲਈ ਗਾਣਾ ਅਸੀਂ ਲੱਭਿਆ ਤੂੰ ਗਾਉਣਾ ਅਤੇ ਮੈਨੂੰ ਪਤਾ ਨਹੀਂ ਸੀ ਗਾਣਾ ਵੀ ਦਵੀਰ ਦਾ ਲਿਖਿਆ ਜਦੋਂ ਮੈਂ ਆਫਿਸ ਗਿਆ ਤਾਂ ਮੈਂ ਸੁਣਿਆ ਗਾਣਾ ਵੀ ਦਵੀਰ ਦੀ ਆਵਾਜ਼ 'ਚ ਮੈਂ ਡੰਮੀ ਸੁਣੀ ਤਾਂ ਮੈਨੂੰ ਇੰਨੀ ਕੁ ਵਧੀਆ ਲੱਗੀ ਫਿਰ ਮੇਰੇ ਦਿਮਾਗ ਵਿੱਚ ਇੱਕ ਡਰ ਸੀਗਾ ਕਿ ਮੈਂ ਵੀ ਦਵੀਰ ਇੰਨਾ ਵਧੀਆ ਗਾਉਂਦਾ ਹੁਣ ਮੈਂ ਉਹਨਾਂ ਦਾ ਗਾਣਾ ਜਿਹੜਾ ਕਿ ਉਹਨਾਂ ਨੇ ਪਹਿਲਾਂ ਗਾਇਆ ਹੋਇਆ ਅਤੇ ਉਹ ਮੈਂ ਗਾਣਾ ਡੱਬ ਕਰਨਾ ਅਤੇ ਮੈਨੂੰ ਐਸੀ ਹੁਣ ਮੈਂ ਉਹਨਾਂ ਵਰਗੇ ਦਾ ਕਿੱਥੇ ਗਾ ਸਕਦਾ ਵੀ ਨੇੜੇ ਨੇੜੇ ਮਾੜਾ ਮੋਟਾ ਲੱਗ ਜਾਂ ਅਤੇ ਇੱਕ ਦੋ ਵਾਰ ਡੰਮੀਆਂ ਕੀਤੀਆਂ ਮੈਨੂੰ ਮੈਂ ਸੈਟਿਸਫਾਈ ਨਹੀਂ ਹੋਇਆ ਮੈਂ ਹੁਣ ਵੀ ਨਹੀਂ ਹੋਇਆ ਜਦੋਂ ਆਪਾਂ ਫਾਈਨਲ ਕੀਤਾ ਕਹਿੰਦੇ ਹੁੰਦੇ ਨੇ ਬੰਦੇ ਨੂੰ ਆਪਦੇ ਕੰਮ ਤੋਂ ਕਦੇ ਵੀ ਸੈਟਿਸਫਾਈ ਨਹੀਂ ਹੋਣਾ ਚਾਹੀਦਾ ਉਹਨੂੰ ਸੋ ਉਸ ਟਾਈਮ ਜਦੋਂ ਮੈਂ 2-3 ਵਾਰ ਗਾਣਾ ਡੱਬ ਕੀਤਾ ਉਹ ਮੈਨੂੰ ਨਹੀਂ ਸਵਾਦ ਆ ਰਿਹਾ ਸੀ ਫਿਰ ਮੈਂ ਨਾ ਵੀਰ ਵੀਰ ਦੀ ਡੰਮੀਆਂ ਸੁਣੀਗਾ ਬਹੁਤ ਮਿਹਨਤ ਲਾ ਕੇ ਉਹ ਗਾਣਾ ਮੈਂ ਡੱਬ ਕੀਤਾ ਅਤੇ ਲੋਕਾਂ ਨੇ ਪਿਆਰ ਵੀ ਦਿੱਤਾ ਉਹਨੂੰ ਵੀਰ ਵੀਰ ਦਾ ਵੀ ਬੜਾ ਮੈਨੂੰ ਫੋਨ ਆਇਆ ਕਹਿੰਦੇ ਕਿਹਨੇ ਗਾਣਾ ਅੱਛਾ ਨਿਭਾ ਗਿਆ ਮੈਨੂੰ ਕਹਿੰਦੇ ਮਾਂ ਥੈਂਕ ਯੂ ਸੋ ਮਚ ਵੀਰੇ ਤੁਸੀਂ ਕਹਿ ਤਾ ਮੇਰੇ ਲਈ ਇਹ ਬਹੁਤ ਬਹੁਤ ਜ਼ਿਆਦਾ ਸੋ ਰੋਂਦਾ ਰੋਂਦਾ ਕਿ 2 ਲਾਈਨਾਂ ਤੁਹਾਨੂੰ ਮੈਂ ਸੁਣਾਉਂਗਾ ਲਵਲੀ ਲਵਲੀ ਵਿੱਚ ਪੜਦੀ ਸੀ ਇਕੱਠੇ ਮਰਨਾ ਗੱਲਾਂ ਕਰਦੀ ਸੀ ਲਵਲੀ ਲਵਲੀ ਵਿੱਚ ਪੜਦੀ ਸੀ ਇਕੱਠੇ ਮਰਨਾ ਗੱਲਾਂ ਕਰਦੀ ਸੀ ਉਹ ਤੇਰਾ ਇਸ਼ਕ ਗਿਆ ਨਾ ਜਿੱਤਿਆ ਨੀ ਜੰਗ ਦੇ ਯਾਰ ਸਿਕੰਦਰ ਤੋਂ ਰੋਂਦਾ ਰੋਂਦਾ ਮੁੜਿਆ ਨੀ ਤੇਰਾ ਯਾਰ ਜਲੰਧਰ ਤੋਂ ਅੱਜ ਰੋਂਦਾ ਰੋਂਦਾ ਮੁੜਿਆ ਨੀ ਤੇਰਾ ਯਾਰ ਜਲੰਧਰ ਤੋਂ ਉਹ ਤੂੰ ਲਵਲੀ ਚੋਂ ਡਿਗਰੀ ਕਰ ਗਈ ਹੁਣ ਤੁਸੀਂ ਮੇਰਾ ਗਾਣਾ ਸੁਣਿਆ ਰੋਂਦਾ ਰੋਂਦਾ ਇਹ ਗਾਣਾ ਮੇਰਾ ਚੌਥਾ ਜਾਂ ਪੰਜਵਾਂ ਗਾਣਾ ਸੀਗਾ ਅਤੇ ਤੁਹਾਨੂੰ ਲੱਗਦਾ ਮੇਰਾ ਗਾਣਾ ਸਭ ਤੋਂ ਪਹਿਲਾਂ ਲਾਵਾਂ ਸੀਗਾ ਪਰ ਲਾਵਾਂ ਮੇਰਾ ਪਹਿਲਾ ਗਾਣਾ ਨਹੀਂ ਸੀ ਲਾਵਾਂ ਤੋਂ ਪਹਿਲਾਂ ਹੀ ਮੇਰਾ ਇੱਕ ਗਾਣਾ ਆਡੀਓ ਆ ਚੁੱਕਿਆ ਸੀ ਉਹਦੀ ਵੀਡੀਓ ਲਾਵਾਂ ਤੋਂ ਬਾਅਦ ਰਿਲੀਜ਼ ਹੋਈ ਸੀ ਕਈ ਦੋਸਤਾਂ ਮਿੱਤਰਾਂ ਨੂੰ ਤਾਂ ਪਤਾ ਇੱਕ ਪਰ ਕਈਆਂ ਨੂੰ ਨਹੀਂ ਪਤਾ ਉਹਦੀਆਂ 2 ਲਾਈਨਾਂ ਮੈਂ ਸੁਣਾਉਣਾ ਇਹ ਗਾਣਾ ਨਾ ਪਹਿਲਾਂ ਰਾਂਝੇ ਯਾਰ ਦਾ ਮਿਊਜ਼ਿਕ ਸੀਗਾ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਚੇਂਜ ਕੀਤਾ ਸੀ ਗਾਣਾ ਜਦੋਂ ਵੀਡੀਓ ਰਿਲੀਜ਼ ਕੀਤੀ ਆ ਉਦੋਂ ਸੁੱਖੀ ਵੀਰ ਦਾ ਮਿਊਜ਼ਿਕ ਸੀ ਸੁੱਖੀ ਮਿਊਜ਼ੀਕਲ ਡਾਕਟਰਸ ਦਾ
ਤੇ ਇਹ ਗਾਣਾ ਅਸੀਂ ਬਣਾਇਆ ਸੀ ਜਦੋਂ ਰਿਲੀਜ਼ ਕੀਤਾ ਸੀ ਦੋ ਦਿਨਾਂ ਦੇ ਵਿੱਚ ਪਹਿਲੇ ਦਿਨ ਮੈਂ ਡੱਬ ਕੀਤਾ ਸੀਗਾ ਦੂਜੇ ਦਿਨ ਫਾਈਨਲ ਆਡੀਓ ਕਰਕੇ ਮਿਕਸ ਮਾਸਟਰਿੰਗ ਕਰਕੇ ਜਿਹੜੇ ਅੱਜ ਕੱਲ੍ਹ ਕਹਿੰਦੇ ਨੇ ਨਾ ਵੀ ਮਿਕਸ ਮਾਸਟਰਿੰਗ ਨੂੰ ਹਫ਼ਤਾ ਹਫ਼ਤਾ ਲੱਗਦਾ ਅਸੀਂ ਇੱਕ ਦਿਨ 'ਚ ਮਿਕਸ ਮਾਸਟਰਿੰਗ ਕਰਕੇ ਆਡੀਓ ਰਿਲੀਜ਼ ਕਰਤਾ ਸੀਗਾ ਅੱਜ ਕੱਲ੍ਹ ਤਾਂ ਆਹ ਮਿਊਜ਼ਿਕ ਡਾਇਰੈਕਟਰ ਦਿੰਦੇ ਨਹੀਂ ਵੀ ਹਫ਼ਤਾ ਹਫ਼ਤਾ ਦਸ ਦਸ ਦਿਨ ਦਿੰਦੇ ਨਹੀਂ ਮਿਕਸਿੰਗ ਵਾਲਾ ਗਾਣਾ ਨਹੀਂ ਦਿੰਦੇ ਫਾਈਨਲ ਕਰਕੇ ਭਾਜੀ ਨਹੀਂ ਅਜੇ ਗਾਣੇ ਸਾਡੇ ਕੋਲ ਬਹੁਤ ਪਏ ਨੇ ਅਸੀਂ ਉਹ ਗਾਣਾ ਇੱਕ ਦਿਨ 'ਚ ਮਿਕਸ ਮਾਸਟਰ ਕਰਕੇ ਰਿਲੀਜ਼ ਕਰਤਾ ਸੀਗਾ ਅਤੇ ਵਧੀਆ ਰਿਸਪੋਂਸ ਆਇਆ ਸੀ ਗਾਣੇ ਦਾ ਸੋ ਉਹਦੀਆਂ ਗਾਣੇ ਦਾ ਦੋ ਲੈਣਾ ਮੈਂ ਤੁਹਾਨੂੰ ਸੁਣਾਉਂਦਾ ਹਾਂ ਕਰਕੇ ਨੀ ਇਹਨੂੰ ਤੂੰ ਮਨਾ ਲੈ ਮੁੰਡਾ ਹੱਥਾਂ ਵਿੱਚੋਂ ਗਿਆ ਨੀ ਬਚਾ ਲੈ ਹਾਂ ਕਰਕੇ ਨੀ ਇਹਨੂੰ ਤੂੰ ਮਨਾ ਲੈ ਮੁੰਡਾ ਹੱਥਾਂ ਵਿੱਚੋਂ ਗਿਆ ਨੀ ਬਚਾ ਲੈ ਅਮਲੀ ਦੇ ਵਾਂਗੂ ਲੱਗਦੇ ਆ ਤੋੜ ਜੀ ਅਮਲੀ ਦੇ ਵਾਂਗੂ ਲੱਗਦੇ ਆ ਤੋੜ ਜੀ ਵੀ ਤੇਰਾ ਮੁੱਖ ਵੇਖੇ ਬਿਨਾਂ ਨਹੀਂ ਉਹ ਸਾਰਦਾ ਵੀ ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ ਉਹ ਮੁੰਡਾ ਜਿੰਨਾ ਦਾ ਲੱਖਾਂ ਦੀ ਜਾਨ ਵਾਰਦਾ ਤੇਰੇ 200 ਗ੍ਰਾਮ ਦੇ ਨੀ ਦਿਲ ਬਦਲੇ ਉਹ ਮੁੰਡਾ ਜਿੰਨਾ ਦਾ ਲੱਖਾਂ ਦੀ ਜਾਨ ਵਾਰਦਾ ਇਹ ਗਾਣੇ ਦਾ ਨਾ ਅਸੀਂ ਜਦੋਂ ਗਾਣਾ ਬਣਾਇਆ ਉਦੋਂ ਸਾਨੂੰ ਜਿਹੜੀਆਂ ਹੁੰਦੀਆਂ ਨੇ ਉਸ ਟਾਈਮ ਡੱਬ ਸਮੈਸ਼ ਉਹ ਹੁੰਦਾ ਸੀਗਾ ਉਹ ਸਾਨੂੰ ਵੀਡੀਓਜ਼ ਆਉਣ ਲੱਗੀਆਂ ਫਿਰ ਮੈਂ ਬੈਠੇ ਸੀ ਮਾਂ ਯਾਰ ਇਹ ਗਾਣਾ ਸਾਰਾ ਮੁੰਡਿਆਂ ਵੱਲੋਂ ਹੈ ਕੁੜੀਆਂ ਵੱਲੋਂ ਕੁਛ ਵੀ ਨਹੀਂ ਹੈਗਾ ਹੈ ਫਿਰ ਅਸੀਂ ਨਾ ਉਸ ਟਾਈਮ ਥੋੜ੍ਹੀ ਇੱਕ ਵੀਡੀਓ ਕਲਿੱਪ ਆਈ ਥਿੰਕ 9 ਸਕਿੰਟ ਦਾ ਪੈਂਦਾ ਹੁੰਦਾ ਸੀਗਾ ਉਹਦਾ ਅਸੀਂ ਆਡੀਓ ਨੈੱਟ 'ਤੇ ਪਾਇਆ ਸੀ ਉਹ ਵੀ ਇੱਕ ਕਲਿੱਪ ਕਾਫੀ ਵਾਇਰਲ ਹੋ ਗਈ ਸੀਗੀ ਸ਼ਾਇਦ ਤੁਸੀਂ ਸੁਣੀ ਹੋਵੇ ਉਹਦੀਆਂ ਵੀ ਦੋ ਲੈਣਾ ਤੁਹਾਨੂੰ ਮੈਂ ਸੁਣਾਉਂਦਾ ਉਹ ਗਾਣਾ ਹੈਗਾ ਹੁਣ ਅਸਲ ਗਾਣਾ ਹੈਗਾ ਵੀ ਤੇਰੇ 200 ਗ੍ਰਾਮ ਦੇ ਨੇ ਦਿਲ ਬਦਲੇ ਮੁੰਡਾ ਜੱਟਾਂ ਦਾ ਲੱਖਾਂ ਦੀ ਜਾਨ ਵਾਰਦਾ ਮੁੰਡੇ ਵੱਲੋਂ ਕੁੜੀ ਕੀ ਕਹਿੰਦੀ ਹੈ ਉਹ ਵੀ ਸੁਣ ਵੇ ਤੂੰ ਤਾਂ ਪਹਿਲੇ ਸੱਟੇ ਜੱਚ ਗਿਆ ਸੀ ਵੇ ਜੱਟਾ ਮੈਂ ਤਾਂ ਉਤੋਂ ਨਖਰੇ ਸੀ ਕਰਦੀ ਅੱਜ ਕੱਲ ਦੇ ਆਸ਼ਿਕਾਂ ਦਾ ਹਾਲ ਵੇਖ ਕੇ ਵੇ ਥੋੜਾ ਥੋੜਾ ਦਿਲ ਲਾਉਣੋਂ ਵੀ ਸੀ ਡਰਦੀ ਕਹਿੰਦੇ ਖਵਾਉਂਦੇ ਚੋਪਰਾਂ ਨੂੰ ਰੱਖੀ ਰੈੱਡ ਲਾਈਟ ਕਹਿੰਦੇ ਖਵਾਉਂਦੇ ਚੋਪਰਾਂ ਨੂੰ ਰੱਖੀ ਰੈੱਡ ਲਾਈਟ ਪਰ ਤੈਨੂੰ ਹਰੀ ਬੱਤੀ ਨਾਰਦੀ ਜੇ ਵਾਰੇ 200 ਗ੍ਰਾਮ ਵਾਲੇ ਦਿਲ ਵੱਟੇ ਜਾਣ ਤੇਰੀ ਸਾਰੀ ਦੀ ਸਾਰੀ ਆ ਮੁਟਿਆਰ ਵੀ ਵਾਰੇ 200 ਗ੍ਰਾਮ ਵਾਲੇ ਦਿਲ ਵੱਟੇ ਜਾਣ ਤੇਰੀ ਸਾਰੀ ਦੀ ਸਾਰੀ ਆ ਮੁਟਿਆਰ ਵੀ ਕਈ ਗਾਣੇ ਇੱਦਾਂ ਹੁੰਦੇ ਨੇ ਅਸੀਂ ਕਿਵੇਂ ਸਟੂਡੀਓ ਬੈਠੇ ਹੁੰਦੇ ਹਾਂ ਮੈਂ ਸਤਾਰ ਬਾਰ ਕੋਲ ਅਸੀਂ ਗਾਉਂਦੇ ਹੁੰਦੇ ਹਾਂ ਹਿੰਦੀ ਗਾਣੇ ਵੀ ਹੁੰਦੇ ਆ ਮੈਂ ਵੈਸੇ ਬਹੁਤ ਘੱਟ ਗਾਉਣਾ ਹਿੰਦੀ ਗਾਣੇ ਪਰ ਮੈਂ ਤੁਹਾਨੂੰ ਅੱਜ ਸੁਣਾਉਣ ਦੀ ਕੋਸ਼ਿਸ਼ ਕਰਦਾ ਧਿਆਨ ਦਿਓ ਸਤਾਰ ਬਾਰ ਮੈਲਡੀ ਕਾ ਕੇ ਕਰਦੇ ਆਪਾਂ ਗੁਲਾ ਸੋਰੀ ਆ ਜਾਓ ਹੱਸ ਪਤਾ ਕਿਉਂ ਰਿਹਾ ਕਿ ਜਿਹੜਾ ਇਹ ਨਾ ਮੈਲੋਡੀ ਕਾ ਕਹਿੰਦੇ ਨੇ ਇਹਨੂੰ ਇਹ ਨਾ ਮੂੰਹ ਦੀ ਉਹਦੇ ਸਾਹ ਨਾਲ ਚੱਲਦਾ ਹੈ ਨਾ ਤੇ ਸਟਾਰ ਬੋਏ ਨੇ ਪਹਿਲਾਂ ਬਹੁਤ ਉਹ ਕੀਤਾ ਸੀਗਾ ਯੋਗਾ ਵੀ ਕਰਦਾ ਹੁਣ ਵੈਸੇ ਵੀ ਸਾਹ ਵੱਜੇ ਤਾਂ ਹੱਸ ਰਿਹਾ ਸੀ ਵੀ ਹੁਣ ਵਿੱਚ ਦੀ ਸਾਹ ਮੁੱਕਣਗੇ ਤਾਂ ਕਰਕੇ ਜੇ ਸਾਹ ਸਟਾਰ ਬੋਏ ਦੇ ਵਜਾਉਂਦੇ ਵੀ ਉਹਦੇ ਸਟਾਰ ਬੋਏ ਦੇ ਸਾਹ ਮੁੱਕ ਗਏ ਤਾਂ ਕੋਈ ਨਹੀਂ ਇਗਨੋਰ ਕਰਿਓ ਠੀਕ ਹੈ ਜੀ ਸਟਾਰਵਾ ਵਿੱਚ ਲੈ ਲਿਓ ਸਾਹ ਗੁਲਾਬੀ ਆਖੇ ਜੋ ਤੇਰੀ ਦੇਖੀ ਸ਼ਰਾਬੀ ਦਿਲ ਹੋ ਗਿਆ ਸੰਭਾਲੋ ਮੁਝ ਕੋ ਓ ਮੇਰੇ ਯਾਰੋ ਸੰਭਲਣਾ ਮੁਸ਼ਕਿਲ ਹੋ ਗਿਆ ਗੁਲਾਬੀ ਆਂਖੇ ਜੋ ਤੇਰੀ ਦੇਖੀ ਸ਼ਰਾਬੀ ਦਿਲ ਹੋ ਗਿਆ ਸੰਭਾਲੋ ਮੁਝ ਕੋ ਓ ਮੇਰੇ ਯਾਰੋ ਸੰਭਲਣਾ ਮੁਸ਼ਕਿਲ ਹੋ ਗਿਆ ਸਾਹ ਮੁੱਕ ਗਏ ਮੈਂ ਜਦੋਂ ਸਕੂਲ ਦੇ ਵਿੱਚ ਪਹਿਲਾਂ ਤਾਂ ਮੈਂ ਬਹੁਤ ਸੰਗਦਾ ਹੁੰਦਾ ਸੀ ਗਾਣੇ ਬਹੁਤ ਘੱਟ ਗਾਉਂਦਾ ਸੀ ਪਰ ਜਦੋਂ ਕੋਈ ਗਾਉਂਦਾ ਸੀ ਵੀ ਇੱਕ ਦੋ ਗਾਣੇ ਸੀ ਮੈਨੂੰ ਯਾਦ ਉਹੀ ਗਾਉਂਦਾ ਹੁੰਦਾ ਸੀਗਾ ਮੈਨੂੰ ਪਤਾ ਸਾਡੀ 10th ਦੀ ਹੁੰਦੀ ਆ ਨਾ ਫੇਅਰਵੈਲ ਹੁੰਦੀ ਆ ਉਸ ਟਾਈਮ ਵੀ ਮੈਂ ਗਾਇਆ ਸੀ ਉੱਥੇ ਅਤੇ ਉਹ ਗਾਣਾ ਸੀ ਅੰਗਰੇਜ਼ ਵਾਲੀ ਜੀ ਦਾ ਅਤੇ ਉਹ ਗਾਣਾ ਨਾ 8th ਦੇ ਵਿੱਚ ਜਦੋਂ ਯੂਟਿਊਬ ਨਵੀਂ ਸਾਨੂੰ ਮਿਲਿਆ ਸੀ ਫੋਨ ਹੈ ਨਾ ਐਕਸੈਸ ਫੋਨ ਦਾ ਘਰੋਂ ਉਦੋਂ ਅਸੀਂ ਵੀਡੀਓ ਕਲਿੱਪ ਬਣਾ ਕੇ ਯੂਟਿਊਬ ਦੇ ਉੱਪਰ ਵੀ ਪਾਈ ਸੀ ਉਹ ਅੱਜ ਵੀ ਹੈਗੀ ਹੈ ਮੈਂ ਔਰ ਮੇਰੇ ਇੱਕ ਦੋ ਦੋਸਤ ਖੜ ਕੇ ਗਾ ਰਿਹਾ ਵੈਸੇ ਤਾਂ ਮੇਰੀ ਨਾਮ ਤੁਸੀਂ ਆਵਾਜ਼ ਪਛਾਣ ਸਕਦੇ ਹੋ ਅਰਮਾਨ ਆਈ ਥਿੰਕ ਇਕੱਲਾ ਅਰਮਾਨ ਹੀ ਸੀ ਉਦੋਂ ਅਰਮਾਨ ਬੇਦਲ ਨਹੀਂ ਲਾਉਂਦਾ ਸੀ ਮੈਂ ਪਿੱਛੇ ਉਹ ਅੱਜ ਵੀ ਯੂਟਿਊਬ 'ਤੇ ਹੈਗੇ ਲੱਭ ਕੇ ਦਿਖਾ ਦਿਓ ਤੁਸੀਂ ਉਹ ਗਾਣਾ ਮੈਂ ਤੁਹਾਨੂੰ ਸੁਣਾਉਣਾ ਆ ਜਾ ਵੀਰੇ ਉਹ ਤੂੰ ਕਿਉਂ ਘਬਰਾਉਂਦੀ ਅੜੀਏ ਨਹੀਂ ਉਹ ਜੱਟ ਫੋਕੇ ਫੈਂਟਰੀ ਨਾ ਮਾਰੇ ਫਹੇ ਬੜੀ ਵੱਡੀ ਆਠਾਣੀ ਜਟਾਂ ਦੀ ਨੀ ਮੈਂ ਦਿਨੇ ਦਿਖਾ ਦੂੰਗਾ ਤਾਰੇ ਉਹ ਮੈਨੂੰ ਮਾਣ ਬੜਾ ਹੈ ਉਹਨਾਂ ਤੇ ਉਹ ਜਿਹੜੇ ਮੋਢਾ ਜੋੜ ਕੇ ਨਾਲ ਖੜੇ ਫੱਟੇ ਚੱਕ ਦੇਣਗੇ ਨੀ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ ਇਹ ਗਾਣਾ ਮੈਨੂੰ ਘੱਟ ਯਾਦ ਹੈ ਪਰ ਮੈਂ ਫਿਰ ਵੀ ਥੋੜ੍ਹੀ ਗਾਇਆ ਤੇ ਇਹ ਗਾਣਾ ਮੈਂ ਉਦੋਂ
10th ਦੇ ਵਿੱਚ ਸਾਰੇ ਇਹੀ ਮਤਲਬ ਮੈਨੂੰ ਕਹਿੰਦੇ ਸੀ ਅਰਮਾਨ ਜੀ ਗਾਣਾ ਸੁਣਾਓ ਸਾਡੇ ਕੋਲ ਇੱਕ ਗਾਣਾ ਹੁੰਦਾ ਸੀ ਦੋ ਤਿੰਨ ਮੇਰੇ ਨਾਲ ਯਾਰ ਦੋਸਤ ਮਿੱਤਰ ਹੁੰਦੇ ਸੀ ਇਹੀ ਗਾਣਾ ਸੁਣਾਉਂਦੇ ਸੀ ਸੋ ਇੱਕ ਮੇਰਾ ਗਾਣਾ ਆਇਆ ਸੀ ਮੈਂ ਵਿਚਾਰਾ ਉਹ ਗਾਣਾ ਆਈ ਥਿੰਕ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਪਤਾ ਨਹੀਂ ਅਪ੍ਰੈਲ ਮਈ ਦੇ ਵਿੱਚ ਗਾਣਾ ਲੀਕ ਹੋ ਗਿਆ ਸੀਗਾ ਉਹ ਮੈਨੂੰ ਨਹੀਂ ਪਤਾ ਕਈ ਦੋਸਤ ਮਿੱਤਰ ਕਹਿੰਦੇ ਨੇ ਬਾਈ ਤੂੰ ਆਪ ਕੀਤਾ ਹੁਣ ਪਰ ਉਹ ਮੈਂ ਨਹੀਂ ਕੀਤਾ ਸਾਡੀ ਟੀਮ ਨੂੰ ਪਤਾ ਹੀ ਨਹੀਂ ਸੀ ਗਾਣਾ ਲੀਕ ਹੋ ਗਿਆ ਮੈਨੂੰ ਤਾਂ ਆਪ ਮੈਸੇਜ ਆਉਣ ਲੱਗ ਗਏ ਨੇ ਵੀਰੇ ਤੇਰਾ ਗਾਣਾ ਬਹੁਤ ਵਧੀਆ ਜਾ ਲੀਕ ਹੋ ਗਿਆ ਹੈ ਨਾ ਅਤੇ ਉਸ ਟਾਈਮ ਝਟਕਾ ਲੱਗਿਆ ਮੇ ਬੀ ਉਹ ਬੰਦਾ ਜਿਹਨੇ ਲੀਕ ਕੀਤਾ ਹੋਵੇ ਮੇਰੀ ਵੀਡੀਓ ਦੇਖ ਰਿਹਾ ਹੋਵੇ ਇਸ ਟਾਈਮ ਅਤੇ ਵੀਰੇ ਜੋ ਕੀਤਾ ਚੰਗਾ ਕੀਤਾ ਉਹ ਗਾਣਾ ਤੂੰ ਲੀਕ ਕੀਤਾ ਲੋਕਾਂ ਕੋਲ ਗਿਆ ਲੋਕਾਂ ਨੇ ਪਿਆਰ ਦਿੱਤਾ ਸੀ ਵੀਡੀਓ ਕਰਤੀ ਅਤੇ ਉਹ ਗਾਣੇ ਦੀ ਅਸੀਂ ਜਦੋਂ ਲੀਕ ਹੋਇਆ ਸੀ ਉਹਦੀ ਰਿਪੋਰਟ ਵੀ ਲਿਖਾਈ ਪਰ ਉਹ ਕਿਤੋਂ ਬਾਹਰਲੀ ਆਈ ਡੀ ਤੋਂ ਬਾਹਰਲੇ ਦੇਸ਼ੋਂ ਕਿਤੇ ਪਾਇਆ ਸੀਗਾ ਅਤੇ ਉਹ ਨਹੀਂ ਲੱਭ ਸਕਿਆ ਸੀ ਅਤੇ ਉਹ ਗਾਣੇ ਦੀਆਂ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਦਾ ਅਤੇ ਮੇਰਾ ਫੇਵਰੇਟ ਪਾਰਟ ਸੁਣਾਉਣਾ ਧਿਆਨ ਦੇ ਮੈਂ ਕਹਿੰਦਾ ਸੀ ਇਦਾਂ ਨਾ ਕਰ ਛੱਡਣਾ ਕੱਲਿਆਂ ਨੂੰ ਪਰ ਉਹਦੇ ਲਫ਼ਜ਼ ਸੀ ਇੱਕ ਰਿਸ਼ਤੇ ਬਿਨ ਮਰਨੀ ਚੱਲਿਆ ਤੂੰ ਔਖਾ ਸੀ ਪਰ ਯਾਦ ਤੇਰੀ ਬਿਨ ਸੌਣਾ ਸਿੱਖ ਗਿਆ ਮੈਂ ਨਿੱਤ ਮਰ ਮਰ ਇੰਜ ਹੌਲੀ ਹੌਲੀ ਜਿਉਣਾ ਸਿੱਖ ਗਿਆ ਮੈਂ ਉਹ ਮੈਂ ਵਿਚਾਰਾ ਕਿਸਮਤ ਹਾਰਾ ਤਾਂ ਵੀ ਕਰਦਾ ਰਿਹਾ ਜਿਵੇਂ ਤੂੰ ਮਰਦੀ ਸੀ ਗਹਿਰਾ ਤੇ ਤੇਰੇ ਤੇ ਮਰਦਾ ਰਿਹਾ ਮੈਂ ਵਿਚਾਰਾ ਕਿਸਮਤ ਹਾਰਾ ਤਾਂ ਵੀ ਕਰਦਾ ਰਿਹਾ ਜਿਵੇਂ ਤੂੰ ਮਰਦੀ ਸੀ ਗਹਿਰਾ ਤੇ ਤੇਰੇ ਤੇ ਮਰਦਾ ਰਿਹਾ ਸੋ ਹੁਣ ਸੋਚਿਆ ਕੁਛ ਗਾਣੇ ਤੁਹਾਨੂੰ ਆਹ ਕੀਬੋਰਡ ਦੇ ਵੀ ਸੁਣਾ ਦਈਏ ਜਿਹੜੇ ਤੁਸੀਂ ਗਾਣੇ 'ਚ ਸੁਣਦੇ ਹੋ ਸਤਾਰਵਾ ਵੀਰੇ ਇੱਧਰ ਤੁਹਾਨੂੰ ਵੱਧ ਵਧੀਆ ਲੱਗਦਾ ਬਿਲਕੁਲ ਇੱਥੇ ਤੁਹਾਨੂੰ ਪੱਖਾ ਨਹੀਂ ਲਾਉਣਾ ਗੇੜਨਾ ਪੈਂਦਾ ਤਾਂ ਵੀ ਹੈ ਚੱਕਰੇ ਆ ਸੋ ਕੁਛ ਗਾਣੇ ਜਿਹੜੇ ਮੇਰੇ ਪਸੰਦੀਦਾ ਗਾਣੇ ਮੈਂ ਅਕਸਰ ਗਾਉਣਾ ਹੁੰਦਾ ਕਿਉਂਕਿ ਓਰੀਜਨਲ ਵਾਂਗੂ ਤਾਂ ਨਹੀਂ ਗਾ ਸਕਦਾ ਪਰ ਮੈਂ ਕੁਛ ਆਪਣਾ ਟੇਸਟ ਦੇ ਕੇ ਜਿਹੜਾ ਮੈਂ ਗਾਉਣਾ ਹੁੰਦਾ ਉਦਾਂ ਤੁਹਾਨੂੰ ਗਾ ਕੇ ਸੁਣਾਉਂਦਾ ਹਾਂਜੀ ਆਉਂਦਾ ਇੱਕ ਗੱਲ ਆਖਾਂ ਉਹ ਵੀ ਡਰ ਡਰ ਕੇ ਤਿੰਨ ਕੱਟਾ ਤੇਰੇ ਵਾਜੋਂ ਮਰ ਮਰ ਕੇ ਸੋਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ ਸੋਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ ਦੱਸ ਦੇਗੀ ਕਿ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ ਸਵਾਦ ਲੈਣ ਨੂੰ ਗਾ ਲਈਦਾ ਬਸ ਪਹਿਲੇ ਨਰਾਤੇ ਮੰਗਣਾ ਮੇਰਾ ਦੂਜੇ ਨਰਾਤੇ ਵਿਆਵੇ ਪਹਿਲੇ ਨਰਾਤੇ ਮੰਗਣਾ ਮੇਰਾ ਦੂਜੇ ਨਰਾਤੇ ਚਲਾ ਹੋ
ਹੇਠ ਘੋੜਾ ਮੋਢੇ ਤੇ ਦਨਾਲੀ ਨੀ ਪੱਗ ਬੰਨਦਾ ਜੇ ਉਹਨੇ ਮੋੜ ਵਾਲੀ ਨੀ ਜਿਹਦੇ ਹੇਠ ਘੋੜਾ ਮੋਢੇ ਤੇ ਦਨਾਲੀ ਨੀ ਪੱਗ ਬੰਨਦਾ ਜੇ ਉਹਨੇ ਮੋੜ ਵਾਲੀ ਨੀ ਜਿਹਦੇ ਪੱਚੀਆਂ ਪਿੰਡਾਂ ਚ ਸਰਦਾਰੀ ਨੀ ਲਾਲੀ ਇਹੋ ਜੇ ਹਵੇਲੀ ਨਾਲ ਯਾਰੀ ਨੀ ਵੰਗਾ ਪੀੜੀਆਂ ਚੜਾਣਾ ਬਣ ਜਾ ਰਿਹਾ ਚੀਜ਼ਾਂ ਹੁੰਦੀਆਂ ਨੇ ਸੋਹਲ ਪਿਆਰੀਆਂ ਪੀੜੀਆਂ ਚੜਾਣਾ ਬਣ ਜਾ ਰਿਹਾ ਚੀਜ਼ਾਂ ਹੁੰਦੀਆਂ ਨੇ ਸੋਹਲ ਪਿਆਰੀਆਂ ਹੱਥ ਘੱਟ ਕੇ ਵੜੀ ਨਾ ਮੇਰੀ ਜਾਨ ਦਾ ਹੱਥ ਘੱਟ ਕੇ ਵੜੀ ਨਾ ਮੇਰੀ ਜਾਨ ਦਾ ਸੀਨੇ ਮਿੱਤਰਾਂ ਦੇ ਚੱਲਦੀਆਂ ਆਰੀਆਂ ਹੱਥ ਘੱਟ ਕੇ ਵੜੀ ਨਾ ਮੇਰੀ ਜਾਨ ਦਾ ਸੀਨੇ ਮਿੱਤਰਾਂ ਦੇ ਚੱਲਦੀਆਂ ਆਰੀਆਂ 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 ਬਹੁਤ ਅੱਛੇ ਕਿਆ ਬਾਤ ਬਹੁਤ ਕੂਲ ਸਟਾਰ ਬੋਏ ਜਿਹਨੇ ਸਟੂਪਿਡ ਆਪਣਾ ਗਾਣਾ ਜਿਹੜਾ ਹੁਣੀ ਰਿਲੀਜ਼ ਹੋਇਆ ਥੋੜ੍ਹੇ ਦਿਨ ਪਹਿਲਾਂ ਉਹਦਾ ਮਿਊਜ਼ਿਕ ਕੀਤਾ ਸਟਾਰ ਬੋਏ ਮਿਊਜ਼ਿਕ ਸਪੇਸ ਐਕਸ ਥੈਂਕ ਯੂ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਤੁਹਾਡੇ ਨਾਲ ਗੱਲਾਂ ਕਰਕੇ ਆਪਦੇ ਇੰਸੀਡੈਂਟ ਸਾਂਝੇ ਕਰਕੇ ਗਾਣੇ ਸੁਣਾ ਕੇ ਜਿਹੜੇ ਮੈਨੂੰ ਚੰਗੇ ਲੱਗਦੇ ਨੇ ਉਹ ਗਾਣੇ ਸੁਣਾ ਕੇ ਮੇਰੇ ਆਪਦੇ ਗਾਣੇ ਸੁਣਾ ਕੇ ਸੋ ਜੇ ਤੁਹਾਨੂੰ ਮੇਰੇ ਗਾਣੇ ਮੈਨੂੰ ਆਵੇਂ ਅੰਦਾਜ਼ ਅਨਪਲੱਗਡ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਸਾਡਾ ਗਾਣਾ ਬਹੁਤ ਛੇਤੀ ਅਰਮਾਨ ਬੇਦਲ ਮੈਡਲੇ ਜਾਂ ਅਰਮਾਨ ਬੇਦਲ ਅਨਪਲੱਗਡ ਦੇ ਨਾਂ 'ਤੇ ਸਪੀਡ ਰਿਕਾਰਡ ਦੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਬਹੁਤ ਛੇਤੀ ਮਤਲਬ ਬਹੁਤ ਛੇਤੀ ਰਿਲੀਜ਼ ਹੋ ਰਿਹਾ ਸੋ ਮੈਂ ਪੋਸਟ ਕਰੂੰਗਾ ਉਮੀਦ ਹੈ ਸਾਰਿਆਂ ਨੂੰ ਪਸੰਦ ਹੋਊਗਾ ਬਹੁਤ ਮਿਹਨਤ ਕੀਤੀ ਹੈ ਮੇਰੇ ਗਾਣੇ ਜਿੱਦਾਂ ਮੈਂ ਵਿਚਾਰਾ ਹੋ ਗਿਆ ਜਾਂ ਮੇਰੇ ਹੋਰ ਗਾਣੇ ਸਾਰੇ ਅਨਪਲੱਗਡ ਗਾਏ ਹੋਏ ਨੇ ਇਹਦੇ 'ਚ ਅਤੇ ਅੱਜ ਬਹੁਤ ਚੰਗਾ ਲੱਗਿਆ ਮੈਨੂੰ ਅਤੇ ਸਟਾਰ ਬੋਏ ਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸੋ ਥੈਂਕ ਯੂ ਸੋ ਮੱਚ